ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਕੀ ਹਾਲ ਚਾਲ ਜੀ। ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ, ਠੀਕ ਠਾਕ ਹੋਵੋਗੇ। ਟਾਈਟਲ ਦੀ ਡਿਸਕ੍ਰਿਪਸ਼ਨ ਵੇਖ ਕੇ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਕਿ ਮੈਂ ਕਿਹੜੇ ਟੌਪਿਕ ਦੀ ਅੱਜ ਗੱਲ ਕਰਨ ਜਾ ਰਿਹਾ। ਤਾਂ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਮੇਰੇ ਕੋਲ ICICI Bank ਦੇ ਕ੍ਰੈਡਿਟ ਕਾਰਡ, ਡੈਬਿਟ ਕਾਰਡ ਨੇ। ਅਤੇ ਮੈਂ ਤੁਹਾਨੂੰ ਅੱਜ ਸਾਰਾ ਮੇਰਾ ਐਕਸਪੀਰੀਅੰਸ ਸ਼ੇਅਰ ਕਰੂੰਗਾ ICICI Bank ਦੇ ਵਿੱਚ ਮੇਰੀ GIC ਐਕਟੀਵੇਸ਼ਨ ਦਾ, ਕਿੱਦਾਂ ਕਿੱਦਾਂ ਪ੍ਰੋਸੈਸ ਹੋਇਆ ਸੀਗਾ ਅਤੇ ਹਾਓ ਈਜ਼ੀ ਔਰ ਡਿਫੀਕਲਟ ਦਾ ਪ੍ਰੋਸੈਸ ਵਾਸ। ਅਤੇ ਡਿਫੀਕਲਟ ਤਾਂ ਨਹੀਂ ਕਹਿ ਸਕਦੇ, ਇੰਟਰਮੀਡੀਏਟ ਸੀਗਾ ਪ੍ਰੋਸੈਸ। ਸੋ ਅੱਜ ਮੈਂ ਡਿਸਕਸ ਕਰਦਾ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਕਿ ਕਿੱਦਾਂ ਕਿੱਦਾਂ ਸਾਰਾ ਪ੍ਰੋਸੈਸ ਹੁੰਦਾ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ, ਐਂਡ ਇਫ ਯੂ ਹੈਵਨ ਸਬਸਕ੍ਰਾਈਬ ਟੂ ਮਾਈ ਚੈਨਲ ਪਲੀਜ਼ ਸਬਸਕ੍ਰਾਈਬ ਇਟ। ਇਹ ਨਾ ਹੁੰਦਾ ਤਾਂ ਕੁਛ ਨਹੀਂ, ਮੋਟੀਵੇਸ਼ਨ ਮਿਲਦੀ ਹੈ। ਸੋ ਇਹ ਵੀਡੀਓ ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਹੋਣ ਵਾਲੀ ਆ, ਪਲੀਜ਼ ਵਾਚ ਇਟ ਟਿਲ ਐਂਡ ਅਤੇ ਸਕਿੱਪ ਨਾ ਕਰਿਓ ਵੀਡੀਓ। ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਬਿਨਾਂ ਕਿਸੇ ਦੇਰੀ ਤੋਂ। ਲੈਟਸ ਕੰਟੀਨਿਊ ਵਿਦ ਫਸਟ ਇੰਪੋਰਟੈਂਟ ਥਿੰਗ ਕਿ ਜਿਹੜਾ GIC ਅਕਾਊਂਟ ਹੈ ICICI Bank ਦੇ ਵਿੱਚ ਕਿਉਂ ਖੁਲਵਾਉਂਦੇ ਆ ਲੋਕ। ਸਭ ਤੋਂ ਪਹਿਲਾਂ ਜਿਹੜਾ ਮੇਨ ਫੈਕਟਰ ਆਉਂਦਾ ਕਿ ਜਿਹੜਾ ਲੋਕ ਸਭ ਤੋਂ ਜ਼ਿਆਦਾ ਪ੍ਰੈਫਰ ਕਰਦੇ ਹੁੰਦੇ ScotiaBank ਨੂੰ। ScotiaBank ਨੂੰ ਤਾਂ ਪ੍ਰੈਫਰ ਕਰਦੇ ਨੇ ਕਿਉਂਕਿ ਜਿਹੜਾ ScotiaBank ਹੈ ਉਹ ਰਿਲਾਇਬਲ ਬੈਂਕ ਆ, ਬਹੁਤ ਹੀ ਜ਼ਿਆਦਾ ਰਿਲਾਇਬਲ ਬੈਂਕ ਆ। ਇੱਦਾਂ ਨਹੀਂ ਮੈਂ ਕਹਿੰਦਾ ਕਿ ICICI Canada Bank ਰਿਲਾਇਬਲ ਨਹੀਂ ਗਾ, ਪਰ ScotiaBank ਦੀ ਜਿਹੜੀ ਬ੍ਰਾਂਚਸ ਨੇ ਉਹ ਬਹੁਤ ਹੀ ਜ਼ਿਆਦਾ ਨੇ ਆਲ ਓਵਰ ਕੈਨੇਡਾ ਦੇ ਵਿੱਚ, ਹਰੇਕ ਸਿਟੀ ਦੇ ਵਿੱਚ ਉਹਦੀਆਂ ਬ੍ਰਾਂਚਸ ਨੇ। ਸੋ ਤਾਂ ਕਰਕੇ ਜ਼ਿਆਦਾਤਰ ਲੋਕ ਪ੍ਰੈਫਰ ਕਰਦੇ ਨੇ ਕਿ ScotiaBank ਦੇ ਵਿੱਚ ਹੀ ਖੁਲਵਾਇਆ ਜਾਵੇ। ਬਟ ਕਿਤੇ ਨਾ ਕਿਤੇ ਪ੍ਰੋਬਲਮ ਆਉਣ ਕਰਕੇ, ਜਿਵੇਂ ਕਿ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਜਾਂ ਕੋਈ ਡਾਕੂਮੈਂਟਸ ਦੇ ਵਿੱਚ ਕੋਈ ਪ੍ਰੋਬਲਮ ਆ ਗਈ, ਤਾਂ ICICI Bank ਨੂੰ ਪ੍ਰੈਫਰ ਕੀਤਾ ਜਾਂਦਾ ਹੈ ਦ ਸੈਕਿੰਡ ਆਪਸ਼ਨ। ਅਤੇ ਨਹੀਂ ਤਾਂ ਕਈ ਏਜੰਟਸ ਦਾ ਇੱਦਾਂ ਵੀ ਚੱਕਰ ਹੁੰਦਾ ਹੈ ਕਿ ਕੰਟਰੈਕਟ ਕੀਤੇ ਹੁੰਦੇ ਉਹਨਾਂ ਨੇ, ਅਤੇ ਉਹ ICICI Bank ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ। ਬਟ ਮੋਸਟ ਆਫ ਦ ਕੇਸਿਸ ਜਿਹੜਾ ICICI Bank ਹੈ ਉਹਦੀ ਜਿਹੜੀ ਟ੍ਰਾਂਜੈਕਸ਼ਨ ਟਾਈਮ ਆ ਜਾਂ ਉਹਦਾ GIC ਜਿਹੜਾ ਸਰਟੀਫਿਕੇਟ ਆ ਉਹਨੂੰ ਇਸ਼ੂ ਕਰਨ ਦਾ ਟਾਈਮ ਆ, ਬਹੁਤ ਹੀ ਜ਼ਿਆਦਾ ਘੱਟ ਆ। ਸੋ ਇਨ ਅ ਲੈਸ ਵੈਰੀ ਲੈਸ ਟਾਈਮ ਜਿਹੜਾ GIC ਜਿਹੜਾ ਅਕਾਊਂਟ ਜਿਹੜਾ ਸਰਟੀਫਿਕੇਟ ਆ ਉਹ ਇਸ਼ੂ ਕਰ ਦਿੰਦਾ। ਸੋ ਇਹ ਸੀਗੇ ਜੀ ਮੇਨ ਫੈਕਟਰ ਜਿਨ੍ਹਾਂ ਦੇ ਕਾਰਨ GIC ਖੁਲਵਾਈ ਜਾਂਦੀ ਹੈ ICICI Bank ਕੈਨੇਡਾ ਦੇ ਵਿੱਚ। ਅਤੇ ਇੱਕ ਮੈਂ ਹੋਰ ਗੱਲ ਤੁਹਾਨੂੰ ਦੱਸ ਦੇਵਾਂ, ICICI Bank ਜਿਹੜੇ ਕੈਨੇਡਾ ਉਹਦੀਆਂ ਬ੍ਰਾਂਚਸ ਬਹੁਤ ਹੀ ਜ਼ਿਆਦਾ ਘੱਟ ਨੇ, ਅਤੇ ਮੈਂ ਤੁਹਾਨੂੰ ਸੁਜੈਸਟ ਕਰੂੰ ਤੁਸੀਂ ਨਾ ਹੀ ਖੁਲਾਇਓ ICICI Bank 'ਚ ਅੱਧ ਜਿਹੜਾ GIC Account। ਹੁਣ ਜੇ ਆਪਾਂ ਗੱਲ ਕਰੀਏ ਜੀ GIC Activation ਦੀ, ਮੈਂ GIC Activate ਕਰਵਾ ਕੇ ਹਟਿਆ ਹਾਂ, ਮੈਨੂੰ 2 ਮਹੀਨੇ ਹੋ ਗਏ ਮੈਨੂੰ GIC Activate ਕਰਵਾਇਆ ਨੂੰ। ਅਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਕਿੱਦਾਂ ਕਿੱਦਾਂ ਇਹ ਪ੍ਰੋਸੈਸ ਹੁੰਦਾ। ਸਭ ਤੋਂ ਪਹਿਲਾਂ ਤੁਸੀਂ ਜਾ ਕੇ ICICI Bank ਦੀ ਇੱਕ ਐਪਲੀਕੇਸ਼ਨ ਡਾਊਨਲੋਡ ਕਰਨੀ ਹੈ, ਉਹਦਾ ਮੈਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਦਾ। ਉਹਦਾ ਸਟੂਡੈਂਟ GIC ਪ੍ਰੋਗਰਾਮ ਹੈ ਐਪਲੀਕੇਸ਼ਨ ਦਾ ਮੇਰੇ ਮੁਤਾਬਕ, ਅਤੇ ਉਹ ਜਿਹੜਾ ਐਪਲੀਕੇਸ਼ਨ ਆ ਉਹਨੂੰ ਤੁਸੀਂ ਡਾਊਨਲੋਡ ਕਰਕੇ ਉਹਦੇ ਵਿੱਚ ਆਪਣੀਆਂ ਡੀਟੇਲਸ ਫਿੱਲ ਆਊਟ ਕਰਨੀ ਆ। ਅਤੇ ਡੀਟੇਲਸ ਫਿੱਲ ਆਊਟ ਕਰਨ ਦੇ ਨਾਲ ਨਾਲ ਅਤੇ ਤੁਹਾਨੂੰ ਪੁੱਛਣਗੇ, ਤੁਹਾਨੂੰ ਇੱਕ ਪੇਜ ਖੋਲ੍ਹਿਆ ਹੋਊਗਾ ਜਿਸ ਦੇ ਉੱਤੇ ਲਿਖਿਆ ਹੋਊਗਾ। ਮੈਂ ਪ੍ਰੈਫਰ ਕਰੂੰਗਾ ਕਿ ਤੁਸੀਂ ਲੈਪਟੋਪ ਜਾਂ ਡੈਸਕਟੋਪ ਦੇ ਉੱਤੇ ਹੀ ਖੋਲ੍ਹਿਓ, ਕਿਉਂਕਿ ਉੱਥੇ ਜ਼ਿਆਦਾ ਕਲੀਅਰ ਹੁੰਦਾ ਹੈ ਆਪਾਂ ਨੂੰ ਸਾਰਾ ਕੁਛ ਕਰਨਾ। ਐਂਡ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਇੱਕ ਪੇਜ ਖੋਲ੍ਹਿਆ ਹੁੰਦਾ ਜਦੋਂ ਆਪਾਂ ਡਿਟੇਲਸ ਫਿੱਲ ਆਊਟ ਕਰ ਦਿੰਦੇ ਹਾਂ, ਜਿਹੜੀਆਂ ਨੋਰਮਲ ਡਿਟੇਲਸ ਉਹ ਭਰਨ ਨੂੰ ਕਹਿੰਦੇ ਨੇ, ਉਹ ਸਾਰੀਆਂ ਡਿਟੇਲਸ ਤੁਹਾਡੇ ਜਿਹੜੇ GIC ਸਰਟੀਫਿਕੇਟ ਆ ਉਹਦੇ ਉੱਤੇ ਲਿਖੀਆਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਉਹ ਡਿਟੇਲਸ ਭਰਨੀਆਂ ਨੇ, ਅਤੇ ਫਿਰ ਤੁਹਾਡਾ ਜਿਹੜਾ ਪੇਜ ਖੁੱਲ੍ਹਿਆ ਹੁੰਦਾ ਆ, ਪੇਜ ਖੁੱਲ੍ਹਣ ਦੇ ਬਾਅਦ ਤੁਹਾਨੂੰ ਜਿਹੜਾ ਡਾਇਲੋਗ ਬਾਕਸ ਉੱਥੇ ਲਿਖਿਆ ਸਟੂਡੈਂਟ GIC ਐਕਟੀਵੇਸ਼ਨ ਅਕਾਊਂਟ ਐਕਟੀਵੇਸ਼ਨ, ਸੈਕਿੰਡ ਹੁੰਦਾ ਇੱਕ ਮੇਲ ਬਾਕਸ ਹੁੰਦਾ, ਇੱਕ ਹੋਰ ਹੁੰਦਾ ਆਈ ਡੋਂਟ ਰਿਮੈਂਬਰ ਦੈਟ, ਐਂਡ ਲੌਗ ਆਊਟ ਦੀ ਆਪਸ਼ਨ ਹੁੰਦੀ ਹੈ, ਬਸ ਇਹੀ ਕੁਛ ਹੁੰਦਾ ਹੈ। ਐਂਡ ਹੈਲਪ ਹੁੰਦੀ ਹੈ, ਸ਼ਾਇਦ ਹੈਲਪ ਦਾ ਜਿਹੜਾ ਆਪਸ਼ਨ ਹੁੰਦਾ, ਤੁਸੀਂ ਕਰਨਾ ਕੀ ਆ, ਤੁਸੀਂ ਉੱਥੇ ਜਾ ਕੇ ਅਕਾਊਂਟ ਐਕਟੀਵੇਸ਼ਨ 'ਤੇ ਜਾ ਕੇ ਕਲਿੱਕ ਕਰਨਾ। ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਉੱਥੇ ਪਰਸਨਲ ਡੀਟੇਲਸ ਫਿਲ ਆਊਟ ਕਰਨ ਨੂੰ ਕਹਿਣਗੇ, ਉਹਦੇ 8 ਪਾਰਟਸ ਹੋਣਗੇ। ਪਰਸਨਲ ਡੀਟੇਲਸ ਫਿਲ ਆਊਟ ਕਰਨੇ, ਇੱਕ ਪਰਸਨਲ ਡੀਟੇਲਸ ਹੋਊਗਾ, ਕੁਝ ਹੋਰ ਡਾਕੂਮੈਂਟਸ ਫਿਲ ਆਊਟ ਕਰਨ ਨੂੰ ਕਹਿਣਗੇ, ਉੱਥੇ ਤੁਹਾਨੂੰ 2 ਤੋਂ 3 ਡਾਕੂਮੈਂਟਸ ਨੂੰ ਅਪਲੋਡ ਕਰਨ ਨੂੰ ਕਹਿਣਗੇ। ਮਤਲਬ ਕਿ ਸਭ ਤੋਂ ਪਹਿਲਾ ਡਾਕੂਮੈਂਟ ਹੁੰਦਾ ਜੀ ਆਪਣਾ ਮੇਨ ਪ੍ਰਾਇਮਰੀ ਡਾਕੂਮੈਂਟ, ਉਹ ਹੁੰਦਾ ਪਾਸਪੋਰਟ, ਉਹਦੀ ਜਿਹੜੀ ਸਕੈਂਡ ਕਾਪੀ ਆ ਉਹਨੂੰ ਅਪਲੋਡ ਕਰਨ ਨੂੰ ਕਹਿਣਗੇ। ਸਕੈਂਡ ਕਾਪੀ ਦਾ ਮਤਲਬ ਇਹ ਹੈ ਤੁਸੀਂ ਮੋਬਾਈਲ ਨਾਲ ਵੀ ਖਿੱਚ ਸਕਦੇ ਹੋ, ਕੋਈ ਵੀ ਪਿਕਚਰ ਕਲਿੱਕ ਕਰਕੇ ਆਪਣੇ, ਕੋਈ ਵੀ ਨਹੀਂ, ਆਪਣੇ ਪਾਸਪੋਰਟ ਦੀ ਪਿਕਚਰ ਕਲਿੱਕ ਕਰਕੇ ਤੁਸੀਂ ਅਪਲੋਡ ਕਰ ਦੇਣੀ ਹੈ ਆਪਣੇ ਲੈਪਟੋਪ 'ਤੇ ਐਂਡ ਇਹਨਾਂ ਦੀ ਸਾਈਟ ਦੇ ਉੱਤੇ। ਐਂਡ ਜਿਹੜਾ ਸੈਕੰਡਰੀ ਡਾਕੂਮੈਂਟ ਆ ਉਹ ਹੁੰਦਾ ਜੀ ਸਟੱਡੀ ਪਰਮਿਟ, ਜਿਹੜਾ ਕਿ ਆਪਾਂ ਨੂੰ ਏਅਰਪੋਰਟ 'ਤੇ ਮਿਲਦਾ ਆ, ਅਤੇ ਉਹਨੂੰ ਵੀ ਅਪਲੋਡ ਕਰ ਦੇਣਾ ਪਿਕਚਰ ਕਲਿੱਕ ਕਰਕੇ। ਐਂਡ ਡਿਟੇਲਸ ਫਿਲ ਆਊਟ ਕਰਨ ਤੋਂ ਬਾਅਦ ਤੁਹਾਨੂੰ ਐਂਡ 'ਤੇ ਇੱਕ ਆਪਸ਼ਨ ਆਉਂਦੀ ਆ ਸੇਵ ਐਂਡ ਕੰਟੀਨਿਊ, ਤੁਸੀਂ ਉੱਥੇ ਸੇਵ ਐਂਡ ਕੰਟੀਨਿਊ ਕਰ ਦੇਣਾ ਆ। ਐਂਡ ਤੁਹਾਨੂੰ ਇੱਕ ਮੇਲ ਆਉਂਦੀ ਆ, ਇੱਦਾਂ ਡਾਇਲੋਗ ਬਾਕਸ ਦੇ ਵਿੱਚ ਹੀ ਦਿੱਤਾ ਹੁੰਦਾ ਆ ਮੇਲ ਦਾ ਆਪਸ਼ਨ, ਠੀਕ ਆ। ਉੱਥੇ ਜਾ ਕੇ ਤੁਸੀਂ ਚੈੱਕਆਊਟ ਕਰਨਾ ਕਿ ਤੁਹਾਨੂੰ ਉਹਨਾਂ ਨੇ ਇਨਫੋਰਮੇਸ਼ਨ ਦੇ ਦਿੱਤੀ ਹੁੰਦੀ ਆ, ਤੁਹਾਨੂੰ ਇਨਫੋਰਮ ਕਰ ਦਿੱਤਾ ਹੁੰਦਾ ਆ
ਕਿ ਯੂਅਰ ਅਕਾਊਂਟ ਐਕਟੀਵੇਸ਼ਨ ਹੈਜ਼ ਬੀਨ ਇਨੀਸ਼ੀਏਟਡ, ਅਕਾਊਂਟ ਦੀ ਜਿਹੜੀ ਐਕਟੀਵੇਸ਼ਨ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ, ਅਤੇ ਵਿਦ ਇਨ 2 or 3 days ਦ ਆਈ ਸੀ ਆਈ ਬੈਂਕ ਵਿਲ ਕੰਟੈਕਟ ਯੂ, ਠੀਕ ਆ, ਦ ਬੈਂਕ ਨੇ ਫਿਰ ਤੁਹਾਨੂੰ ਕੰਟੈਕਟ ਕਰਨਾ 2-3 ਦਿਨ ਦੇ ਵਿੱਚ। ਫਿਰ ਤੁਹਾਨੂੰ ਇੱਕ ਮੇਲ ਆਉਂਦੀ ਆ ਜਿਸ ਦੇ ਵਿੱਚ ਜਾਂ ਤਾਂ ਤੁਹਾਨੂੰ ਮੇਲ ਆਉਂਦੀ ਆ, ਉਸਦੇ ਵਿੱਚ ਦੋ ਹਿੱਸੇ ਹੁੰਦੇ ਨੇ, ਮਤਲਬ ਕਿ ਦੋ ਪਾਰਟਸ ਹੁੰਦੇ ਨੇ, ਠੀਕ ਹੈ, ਦੋ ਸੈਕਸ਼ਨ ਹੁੰਦੇ ਨੇ। ਇੱਕ ਹੁੰਦੀ ਆ ਸਾਰੀ ਇਨਫੋਰਮੇਸ਼ਨ ਜਿਹੜੀ ਤੁਸੀਂ ਭਰੀ ਆ ਉਹ ਸਹੀ ਆ, ਤੁਹਾਨੂੰ ਸਿਰਫ ਇੱਕ ਫਾਈਨਲ ਸਟੈਪ ਕਰਨ ਦੀ ਲੋੜ ਹੁੰਦੀ ਆ, ਅਤੇ ਜੇ ਤੁਹਾਡੀ ਜਿਹੜੀ ਇਨਫੋਰਮੇਸ਼ਨ ਆ ਉਹ ਗਲਤ ਆ ਜਾਂ ਉਹਦੇ ਵਿੱਚ ਡਿਸਕ੍ਰਿਪੈਂਸੀ ਆਈ ਆ ਜਾਂ ਇਨਫੋਰਮੇਸ਼ਨ ਰੋਂਗ ਆ ਭਰੀ ਹੋਈ, ਤਾਂ ਤੁਹਾਨੂੰ ਦੁਬਾਰਾ ਉਹ ਭਰਨ ਨੂੰ ਕਹਿੰਦੇ ਨੇ, ਅਤੇ ਉਹ ਤੁਹਾਨੂੰ ਇੰਸਟਰਕਟ ਕਰਦੇ ਨੇ ਕਿ ਕਿੱਥੇ ਕਿਤੇ ਤੁਸੀਂ ਇਨਫੋਰਮੇਸ਼ਨ ਗਲਤ ਭਰੀ ਹੈ ਅਤੇ ਤੁਸੀਂ ਉੱਥੇ ਜਾ ਕੇ ਉਹਨੂੰ ਸਹੀ ਕਰੋ, ਅਤੇ ਉਹ ਸਹੀ ਕਰਨ ਤੋਂ ਬਾਅਦ ਅਤੇ ਤੁਹਾਡਾ ਫਾਈਨਲ ਸਟੈਪ ਆਉਂਦਾ। ਫਾਈਨਲ ਸਟੈਪ ਇਹ ਕੀ ਇਹ ਹੁੰਦਾ ਆ ਕਿ ਇੱਕ ਤੁਹਾਨੂੰ ਲਿੰਕ ਦੇ ਦਿੱਤਾ ਜਾਂਦਾ ਹੈ, ਵਿਦ ਇਨ 5-6 days ਤੁਹਾਨੂੰ ਇੱਕ ਲਿੰਕ ਆਉਂਦਾ, ਸਟਾਰਲਿੰਗਸ ਦੀ ਵੈਬਸਾਈਟ ਦਾ ਲਿੰਕ ਆਉਂਦਾ, ਉੱਥੇ ਤੁਸੀਂ ਜਿਹੜਾ ਉਹਨਾਂ ਨੇ ਕੋਡ ਦਿੱਤਾ ਹੁੰਦਾ, ਕੋਡ ਦਿੱਤਾ ਹੁੰਦਾ ਅਬਾਊਟ ਮੇ ਬੀ 4-5 ਨੰਬਰਸ, ਅਤੇ ਉਹ ਤੁਸੀਂ ਜਾ ਕੇ ਉੱਥੇ ਫਿਲ ਆਊਟ ਕਰ ਦੇਣੇ ਆ ਕੋਡ ਦਿੱਤਾ ਹੁੰਦਾ, ਅਤੇ ਤੁਹਾਨੂੰ ਇੱਕ ਪੇਜ ਖੁੱਲ੍ਹਿਆ ਆਉਂਦਾ ਆ ਸਟਾਰਲਿੰਗ ਦੀ ਵੈਬਸਾਈਟ ਦਾ, ਉੱਥੇ ਤੁਸੀਂ ਆਪਣੀਆਂ ਪਰਸਨਲ ਡੀਟੇਲਸ ਫਿਲ ਆਊਟ ਕਰਨੀ, ਆਪਣਾ ਜਿਹੜਾ ਐਡਰੈਸ ਆ ਜਿਹੜਾ ਕੈਨੇਡਾ ਦਾ ਤੁਸੀਂ ਜਿੱਥੇ ਰਹਿ ਰਹੇ ਹੋ ਉਹ ਫਿਲ ਆਊਟ ਕਰਨਾ, ਅਤੇ ਹੋਰ ਮੇਨ ਹੁੰਦਾ ਆ ਤੁਹਾਡਾ ਫੋਨ ਨੰਬਰ ਉਹ ਫਿਲ ਆਊਟ ਕਰਨਾ। ਅਤੇ ਅਗਲੀ ਗੱਲ ਜੇ ਆਪਾਂ ਕਰੀਏ ਤਾਂ ਉੱਥੋਂ ਨੂੰ ਸਾਈਨ ਕਰਨ ਨੂੰ ਕਹਿੰਦੇ ਨੇ, ਤੁਸੀਂ ਲੈਪਟੋਪ 'ਤੇ ਜਿਹੜਾ ਮਾਊਸ ਪੈਡ ਹੁੰਦਾ ਆ ਉੱਥੇ ਤੁਸੀਂ ਸਾਈਨ ਕਰ ਦੇਣੇ ਆ, ਉਸ ਦੇ ਹਿਸਾਬ ਨਾਲ ਹੀ, ਐਵੇਂ ਬਹੁਤਾ ਟਾਈਮ ਨਾ ਲਾਇਓ ਅਤੇ ਐਵੇਂ ਤੁਹਾਡਾ ਟਾਈਮ ਖਰਾਬ ਹੋਊਗਾ, ਮੈਂ ਇੱਥੇ ਘਾਟਾ ਖਰਾਬ ਕਰਤਾ ਸੀ ਆਪਦਾ ਕਿਉਂਕਿ ਮੈਂ ਇੰਡੀਆ ਦੇ ਹਿਸਾਬ ਨਾਲ ਹੀ ਸਾਈਨ ਕਰਨ ਲੱਗਾ ਸੀ ਹੋਇਆ ਸੀਗਾ, ਐਂਡ ਜਿੱਦਾਂ ਮਰਜ਼ੀ ਤੁਸੀਂ ਸਾਈਨ ਕਰ ਸਕਦੇ ਹੋ, ਬਟ ਤੁਹਾਨੂੰ ਰਿਮੈਂਬਰ ਹੋਣਾ ਚਾਹੀਦਾ ਕਿ ਤੁਹਾਡੇ ਸਾਈਨ ਨੇ, ਤੁਹਾਨੂੰ ਜਾਣਾ ਪੈਣਾ ਆ ਇੱਕ ਵੈਰੀਫਿਕੇਸ਼ਨ ਵਾਸਤੇ, ਪਰ ਤੁਹਾਡਾ ਜਿਹੜਾ ਅਕਾਊਂਟ ਆ ਉਹ ਕੰਪਲੀਟਲੀ ਫਿਨਿਸ਼ ਹੋ ਜਾਊਗਾ, ਐਕਟੀਵੇਸ਼ਨ ਦਾ ਜਿਹੜਾ ਪ੍ਰੋਸੈਸ ਅਕਾਊਂਟ ਐਕਟੀਵੇਸ਼ਨ ਦਾ ਪ੍ਰੋਸੈਸ। ਵੈਰੀਫਿਕੇਸ਼ਨ ਵਾਸਤੇ ਤੁਹਾਨੂੰ ਬਾਅਦ 'ਚ ਮੇਲ ਆਉਂਦੀ ਹੈ, ਇੱਕ ਵੈਰੀਫਿਕੇਸ਼ਨ ਕਰਵਾਉਣ ਵਾਸਤੇ ਤੁਹਾਨੂੰ ਕੀ ਲੈ ਕੇ ਜਾਣ ਦੀ ਲੋੜ ਹੈ, ਜਿਹੜਾ ਸਟਰਲਿੰਗਸ ਦੇ ਤੁਹਾਨੂੰ ਇੱਕ ਫੋਰਮ ਦਿੱਤਾ ਹੋਊਗਾ ਜਿੱਥੇ ਤੁਹਾਡੀਆਂ ਸਾਰੀ ਡਿਟੇਲਸ ਭਰੀਆਂ ਹੋਣਗੀਆਂ, ਉਹ PDF ਤੁਹਾਨੂੰ ਬਣ ਕੇ ਆ ਜਾਊਗੀ, ਜਦੋਂ ਤੁਸੀਂ ਉਹ ਸਟਰਲਿੰਗਸ ਦਾ ਫੋਰਮ ਫਿਲ ਆਊਟ ਕਰੋਗੇ, ਸਾਈਨ ਕਰਕੇ ਸਬਮਿਟ ਕਰੋਗੇ, ਤੁਹਾਨੂੰ PDF ਬਣ ਕੇ ਆ ਜਾਊਗੀ, ਉਹ ਫੋਰਮ ਲੈ ਕੇ ਜਾਣਾ ਹੁੰਦਾ। ਅਤੇ ਦੋ ਮੇਨ ਪ੍ਰਾਇਮਰੀ ਡਾਕੂਮੈਂਟਸ ਹੁੰਦੇ, ਇੱਕ ਪ੍ਰਾਇਮਰੀ ਹੁੰਦਾ ਇੱਕ ਸੈਕੰਡਰੀ ਡਾਕੂਮੈਂਟ ਹੁੰਦਾ, ਦੋ ਮੇਨ ਹੁੰਦੇ ਨੇ ਡਾਕੂਮੈਂਟਸ, ਪਹਿਲਾ ਹੁੰਦਾ ਪਾਸਪੋਰਟ, ਇੰਡੀਅਨ ਪਾਸਪੋਰਟ, ਅਤੇ ਜਾਂ ਤੁਸੀਂ ਪਾਕਿਸਤਾਨ ਤੋਂ ਤਾਂ ਪਾਕਿਸਤਾਨ ਪਾਸਪੋਰਟ, ਐਂਡ ਜਿਹੜਾ ਸੈਕਿੰਡ ਮੇਨ ਇੰਪੋਰਟੈਂਟ ਜਿਹੜਾ ਡਾਕੂਮੈਂਟ ਹੁੰਦਾ ਸੈਕੰਡਰੀ ਡਾਕੂਮੈਂਟ, ਉਹ ਹੁੰਦਾ ਜੀ ਤੁਹਾਡਾ ਸਟੱਡੀ ਪਰਮਿਟ ਲੈ ਕੇ ਜਾਣਾ ਹੁੰਦਾ ਆ। ਤੁਸੀਂ ਜਾਣਾ ਕਿੱਥੇ ਇਹ ਮੈਂ ਤੁਹਾਨੂੰ ਦੱਸਿਆ ਨਹੀਂ, ਤੁਸੀਂ ਜਾਣਾ ਆ ਕੈਨੇਡਾ ਪੋਸਟ ਦੀ ਕੋਈ ਵੀ ਬ੍ਰਾਂਚ 'ਤੇ, ਜਿਹੜੀ ਵੀ ਤੁਹਾਨੂੰ ਨੇੜੇ ਪੈਂਦੀ ਹੈ ਕੈਨੇਡਾ ਪੋਸਟ ਦੀ ਬ੍ਰਾਂਚ 'ਤੇ ਜਾਓ, ਅਤੇ ਨਾਲ ਆਪਦਾ ਜਿਹੜਾ GIC ਸਰਟੀਫਿਕੇਟ ਵੀ ਲੈ ਕੇ ਜਾਇਓ ਆਪਦੇ ਨਾਲ। ਤੁਹਾਨੂੰ ਫਿਜ਼ੀਕਲ ਕਾਪੀ ਕਰਾਉਣ ਦੀ ਕੋਈ ਲੋੜ ਨਹੀਂ, ਤੁਸੀਂ ਡਿਜੀਟਲ ਕਾਪੀ ਹੀ ਦਿਖਾ ਸਕਦੇ ਹੋ, ਉਹਦੇ ਮੋਬਾਈਲ ਦੇ ਵਿੱਚ ਹੀ ਦਿਖਾ ਸਕਦੇ ਹੋ। ਤੁਹਾਡਾ ਸਿਰਫ ਉਹਨਾਂ ਨੇ ਚੈੱਕ ਕਰਨਾ ਹੁੰਦਾ ਆ ਸਿਰਫ ਤੁਹਾਡਾ ਐਡਰੈਸ, ਤੁਸੀਂ ਇੱਥੋਂ ਦੇ ਰੈਜੀਡੈਂਟ ਹੈਗੇ ਆ, ਤੁਸੀਂ ਇੱਥੇ ਰਹਿ ਰਹੇ ਹੋ, ਟੈਂਪਰੇਰੀ ਰੈਜੀਡੈਂਟ ਆ ਇੱਥੋਂ ਦੇ, ਤੁਹਾਨੂੰ ਜਿਹੜਾ GIC ਆ ਤਾਂ ਸਰਟੀਫਿਕੇਟ ਉਹ ਤੁਹਾਨੂੰ ਨਵਾਂ ਬਣ ਕੇ ਆ ਜਾਊਗਾ ਜਦੋਂ ਹੋ ਰਹੀ ਹੋਊਗੀ ਅਕਾਊਂਟ ਐਕਟੀਵੇਸ਼ਨ, ਉਸ 'ਤੇ ਤੁਹਾਡਾ ਇੰਡੀਆ ਦਾ ਐਡਰੈਸ ਲਿਖਿਆ ਹੋਊਗਾ, ਉਹ ਨਹੀਂ ਲਿਖਿਆ ਹੋਣਾ ਉੱਥੇ ਤੁਹਾਡਾ ਕੈਨੇਡਾ ਦਾ ਐਡਰੈਸ ਲਿਖਿਆ ਹੋਣਾ, ਤੁਸੀਂ ਉਹ GIC ਜਿਹੜਾ ਸਰਟੀਫਿਕੇਟ ਆ ਉਹ ਤੁਸੀਂ ਉੱਥੇ ਜਾ ਕੇ ਦਿਖਾਉਣਾ, ਵੈਰੀਫਿਕੇਸ਼ਨ ਕੰਪਲੀਟ ਕਰਵਾ ਕੇ, ਅਤੇ ਤੁਹਾਡਾ ਜਿਹੜਾ ਅਕਾਊਂਟ ਐਕਟੀਵੇਸ਼ਨ ਉਹ ਖਤਮ ਹੋ ਜਾਂਦਾ ਆ, ਅਕਾਊਂਟ ਜਿਹੜਾ ਤੁਹਾਡਾ ਐਕਟੀਵੇਟ ਹੋਣ ਵਾਲਾ ਹੀ ਹੁੰਦਾ ਆ, ਬਸ ਸਿਰਫ 2-3 ਦਿਨ ਲੱਗਦੇ ਨੇ। ਅਤੇ ਬਾਅਦ ਤੁਸੀਂ ਕਸਟਮਰ ਕੇਅਰ ਨੂੰ ਵੀ ਲਾ ਕੇ ਫੋਨ ਪੁੱਛ ਸਕਦੇ ਹੋ ਕਿ ਕਿੱਦਾਂ ਕਦੋਂ ਮੇਰਾ ਡੈਬਿਟ ਕਾਰਡ ਆਊਗਾ, ਵਿਦ ਇਨ ਮੇਰਾ 7-8 days ਦੇ ਵਿੱਚ ਜਦੋਂ ਮੈਂ ਆਪਦਾ ਵੈਰੀਫਿਕੇਸ਼ਨ ਕਰਵਾ ਕੇ ਆਇਆ, 7-8 days ਦੇ ਵਿੱਚ ਵਰਕਿੰਗ ਡੇਜ਼ ਦੇ ਵਿੱਚ ਮੇਰਾ ਡੈਬਿਟ ਕਾਰਡ ਆ ਗਿਆ ਸੀਗਾ। ਐਂਡ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਦੇਵਾਂ, ਡੈਬਿਟ ਕਾਰਡ ਦੇ ਪਿੱਛੇ ਇਹਨਾਂ ਦਾ CVV ਨੰਬਰ ਨਹੀਂ ਲਿਖਿਆ ਹੁੰਦਾ ਜਿਹੜਾ ਇਹ ICICI ਬੈਂਕ ਹੈ, ਬਟ ਜਿਹੜਾ ਕ੍ਰੈਡਿਟ ਕਾਰਡ ਹੁੰਦਾ ਉੱਥੇ ਲਿਖਿਆ ਹੁੰਦਾ CVV ਨੰਬਰ। ਅਤੇ ਮੈਂ ਵੀ ਬਹੁਤ ਜ਼ਿਆਦਾ ਘਬਰਾ ਗਿਆ ਸੀਗਾ ਕਿਉਂਕਿ ਮੇਰੇ ਜਿਹੜੇ ਕ੍ਰੈਡਿਟ ਡੈਬਿਟ ਕਾਰਡ 'ਤੇ ਆ ਇੱਥੇ ਨਾਮ ਵੀ ਨਹੀਂ ਲਿਖਿਆ ਹੋਇਆ, ਐਂਡ ਇੱਥੇ ਪਿੱਛੇ ਇਹਦੇ CVV ਨੰਬਰ ਵੀ ਨਹੀਂ ਹੈ ਨੀਗਾ। ਸੋ ਡੋਂਟ ਵਰੀ, ਇਹ ਈਜ਼ੀ ਪ੍ਰੋਸੈਸ ਆ, ਬਟ ਜਿਹੜਾ ਮੇਰਾ ਕ੍ਰੈਡਿਟ ਕਾਰਡ ਉਹਨੂੰ ਘੱਟੋ ਘੱਟ ਮੈਨੂੰ ਲੱਗ ਗਿਆ ਮੇਰੇ ਹਿਸਾਬ ਨਾਲ 22-25 days ਲੱਗ ਗਏ ਮੇਰੇ ਕੋਲ ਆਉਂਦੇ ਆਉਂਦੇ ਤੱਕ। ਮੈਂ ਹਰ ਰੋਜ਼ ਉਹਨਾਂ ਨੂੰ ਫੋਨ ਕਰਨਾ, ਉਹਨਾਂ ਨੇ ਕਹਿਣਾ 10 days ਦੇ ਵਿੱਚ ਤੁਹਾਡਾ ਕ੍ਰੈਡਿਟ ਕਾਰਡ ਆ ਜਾਏਗਾ, 10 days ਮੈਕਸੀਮਮ 10 working days ਦੇ ਵਿੱਚ ਤੁਹਾਡਾ ਕ੍ਰੈਡਿਟ ਕਾਰਡ ਆ ਜਾਏਗਾ। ਹਾਲਾਂਕਿ ਜਿਹੜਾ ਮੇਰਾ ਕ੍ਰੈਡਿਟ ਕਾਰਡ ਸੀ ਉਹ 31st December ਨੂੰ ਅਪਰੂਵ ਹੋ ਚੁੱਕਿਆ ਸੀਗਾ, ਐਂਡ ਮੈਨੂੰ ਮੇਲ ਵੀ ਆ ਚੁੱਕੀ ਸੀ ਉਹਦੀ ਕਿ ਯੋਰ ਕ੍ਰੈਡਿਟ ਕਾਰਡ ਹੈਵ ਬੀਨ ਅਪਰੂਵ ਐਂਡ ਤੁਸੀਂ ਵਿਦਇਨ 10 working days ਦੇ ਵਿੱਚ ਤੁਹਾਡਾ ਜਿਹੜਾ ਕ੍ਰੈਡਿਟ ਕਾਰਡ ਤੁਹਾਨੂੰ ਮਿਲ ਜਾਊਗਾ। 10 working days ਤਾਂ ਨਹੀਂ ਮਿਲਿਆ, ਮੈਨੂੰ ਮਿਲਿਆ ਆ ਜਨਵਰੀ ਦੇ
ਮੈਨੂੰ ਮਿਲਿਆ ਆ ਜਨਵਰੀ ਦੇ ਐਂਡ ਦੇ ਵਿੱਚ, ਮਤਲਬ ਕਿ ਲਗਭਗ ਮਹੀਨਾ ਹੀ ਕਹਿ ਸਕਦੇ ਹੋ ਤੁਸੀਂ। ਤੁਸੀਂ ਆਪੇ ਸੋਚ ਕੇ ਆਇਓ ਕਿ ICICI ਬੈਂਕ ਦੇ ਵਿੱਚ ਆਪਦੀ GIC ਕਰਵਾਉਣੀ ਹੈ ਕਿ ਕਿਸੇ ਹੋਰ ਬੈਂਕ ਦੇ ਵਿੱਚ। ਸੋ ਵੈਸੇ ਜ਼ਿਆਦਾ ਕੋਈ ਬਹੁਤਾ ਡਿਫੀਕਲਟ ਪ੍ਰੋਸੈਸ ਹੈ ਨਹੀਂ ਗਾ GIC ਐਕਟੀਵੇਸ਼ਨ ਦਾ, ਸਾਰਾ ਪ੍ਰੋਸੈਸ ਔਨਲਾਈਨ ਆ। ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ GIC ਐਕਟੀਵੇਸ਼ਨ ਦੇ ਵਿੱਚ ਤਾਂ ਫੀਲ ਫਰੀ ਟੂ ਕਾਲ ਦਾ ਕਸਟਮਰ ਕੇਅਰ ਨੰਬਰ, ਉਹ 24 hours ਅਵੇਲੇਬਲ ਹੁੰਦਾ ਆ। ਐਂਡ ਜੇ ਤੁਹਾਨੂੰ ਕੋਈ ਵੀ ਕੁਐਰੀ ਆ ਜਾਂ ਕੋਈ ਕੁਐਸਚਨ ਆ, ਪਲੀਜ਼ ਡੋਂਟ ਹੈਜੀਟੇਟ ਟੂ ਕੰਟੈਕਟ ਮੀ ਔਨ ਮਾਈ ਇੰਸਟਾਗ੍ਰਾਮ। ਪਲੀਜ਼ ਤੁਸੀਂ ਸੁਜੈਸਟ ਕਰੋ ਮੈਨੂੰ ਮੈਂ ਕਿਹੜੇ ਕਿਹੜੇ ਕੰਟੈਂਟ 'ਤੇ ਮੈਂ ਵੀਡੀਓਜ਼ ਬਣਾਵਾਂ। ਐਂਡ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਸੋ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ। ਸੋ ਤਦ ਤੱਕ ਲਈ ਰੱਬ ਰਾਖਾ।